ਬਸ ਇਨਸ਼ਾਅੱਲਾ ਅੱਲਾ ਖੈਰ ਕਰੇਗਾ। ਹਾਂਜੀ, ਅੱਲਾ ਨੇ ਰਹਿਮਤ ਕਰ ਦੇਣੀ ਆ ਤੇ ਬਸ ਹੁਣ ਇਹ ਟੁੱਟੀ ਆ ਤੇ ਹੁਣ ਇਹਨੇ ਠੀਕ ਹੋਣ ਤੇ ਟਾਈਮ ਤਾਂ ਲੈਣਾ ਨਾ। ਟੁੱਟਣ ਤੇ 5 ਮਿੰਟ ਲੱਗਦੇ ਹੁੰਦੇ ਆ ਤੇ ਬਾਅਦ ਚ ਆਰਾਮ ਆਉਣ ਤੇ ਫਿਰ ਟਾਈਮ ਲੱਗਦਾ ਹੁੰਦਾ। ਦਰਦ ਬਹੁਤ ਹੋ ਰਹੀ ਹੈ। ਕੋਈ ਨੀ, ਠੀਕ ਹੋ ਜਾਏਗੀ, ਅੱਲਾ ਕਰੇਗਾ ਇਨਸ਼ਾਅੱਲਾ। ਦਰਦ ਤਾਂ ਫਿਰ ਹੋਣੀ ਆ ਨਾ, ਕਿਹੜਾ ਇੱਕ ਜਗ੍ਹਾ ਤੋਂ ਟੁੱਟੀ ਆ। ਗੱਡੀ ਪਤਾ ਨੀ ਕਿਉਂ ਅੱਜ ਮਿਸਿੰਗ ਕਰ ਰਹੀ ਹੈ, ਇਹਨੂੰ ਪਤਾ ਨੀ ਕੀ ਹੋ ਗਿਆ। ਕੌਣ ਲੈ ਕੇ ਗਿਆ ਸੀ ਗੱਡੀ? ਉਹ ਸਵੇਰੇ ਗਏ ਸਾਨੇ ਦੋ ਜਣੇ, ਹਾਂ, ਦਵਾਈ ਲੈ ਕੇ ਕਹਿੰਦੇ ਮੈਨੂੰ ਪੇਨ ਕਿਲਰ ਕੋ ਦਵਾਈ ਇਹਨਾਂ ਨੂੰ ਮੈਂ ਕਿਹਾ ਸੀ ਲਿਆ ਦਿਓ, ਹਾਂ, ਤੇ ਆ ਲੈ ਕੇ ਗਏ ਸੀ ਮੌਸਮ ਤੇ ਸੇਲ। ਅੱਛਾ, ਤੇ ਇਹ ਫਿਰ ਦਵਾਈ ਲਿਆਤੀ ਤੇ ਗੱਡੀ ਇਹੀ ਸਵੇਰੇ ਲੈ ਕੇ ਗਏ। ਇਹ ਪਤਾ ਨੀ ਕਿੱਦਾਂ ਚਲਾਉਂਦੇ ਆ ਗੱਡੀ, ਇਹ ਹੁਣ ਦੇਖੋ ਮਿਸਿੰਗ ਕਰਨ ਡਈ ਆ ਗੱਡੀ। ਅੱਛਾ, ਹਾਂ ਯਾਰ, ਤੂੰ ਹੌਲੀ ਹੌਲੀ ਮੈਨੂੰ ਹਸਪਤਾਲ ਲੈ ਚੱਲ। ਮੈਨੂੰ ਲੱਗਦਾ ਗੱਡੀ ਦਾ ਪਾਣੀ ਨੀ ਇਹਨਾਂ ਨੇ ਚੈੱਕ ਕੀਤਾ। ਆ ਹੀਟ ਵਾਲੀ ਸੂਈ ਦੇਖੋ ਕਿੰਨਾ ਉੱਤੇ ਜਾਣ ਡਈ ਹੈ। ਇਹ ਤਾਂ ਮੈਨੂੰ ਲੱਗਦਾ ਇਹ ਬਗੈਰ ਪਾਣੀ ਤੋਂ ਹੀ ਕਿਤੇ ਗੱਡੀ ਨੇ ਇਹਨਾਂ ਨੇ ਕਿਤੇ ਸਪੀਡਾਂ ਮਾਰੀਆਂ ਹੈ। ਇਹ ਤੇ ਬੜੇ ਨਲਾਇਕ ਆ, ਇਹਨਾਂ ਨੂੰ ਪਤਾ ਲੱਗਦਾ ਹੈ ਨੀ। ਬਸ ਐਵੇਂ ਗੱਡੀ ਮੈਨੂੰ ਕਹਿੰਦੇ ਬਸ ਤੁਸੀਂ ਕਹਿ ਦਿਓ ਦਵਾਈ ਲੈਣ ਕਹਿ ਦਈਏ, ਪਾਏ ਵਾਹਵਾ ਘੰਟਾ ਠਹਿਰ ਕੇ ਠਹਿਰ ਜਾਓ। ਗੱਡੀ ਬਹੁਤ ਹੀਟ ਹੋ ਗਈ ਹੈ, ਮੈਨੂੰ ਰੋਕਣੀ ਪੈਣੀ ਹੈ ਗੱਡੀ। ਅੱਛਾ, ਹਾਂ, ਠਹਿਰ ਜਾਓ, ਠਹਿਰ ਜਾਓ, ਠਹਿਰ ਜਾਓ, ਠਹਿਰ ਜਾਓ। ਹੈਲੋ, ਹਾਂਜੀ, ਸਲਾਮ ਅਲੈਕੁਮ। ਯਾਰ ਉਹ ਮੇਰੀ ਗੱਡੀ ਹੀਟ ਹੋ ਗਈ ਹੈ ਅਤੇ ਮੈਂ ਨਾ ਇੱਥੇ ਜੜ੍ਹਾਂ ਵਾਲੇ ਰੋਡ 'ਤੇ ਹਾਂ। ਹਾਂਜੀ ਹਾਂਜੀ, ਅਤੇ ਆ ਜਾਓ ਤੇਰਾ, ਜਲਦੀ ਆ ਜਾਣਾ ਤੇਰਾ, ਆ ਜਾਓ ਆ ਜਾਓ ਆ ਜਾਓ। ਗੱਡੀ ਹੀਟ ਹੋ ਗਈ ਜੀ। ਕੀ ਹੋਇਆ ਇਹਨੂੰ? ਹੀਟ ਹੋ ਗਈ ਜੀ। ਹੀਟ ਹੋ ਗਈ? ਤੂੰ ਪਾਣੀ ਛਾਣੀ ਚੈੱਕ ਕੀਤਾ ਸੀ ਘਰ ਆਉਣ ਲੱਗੇ? ਨਹੀਂ, ਪਤਾ ਨੀ ਕਿੰਨੇ ਯਾਰ। ਅੱਲਾਹੁ ਅਕਬਰ, ਤੁਹਾਡੀ ਆਪਣੀ ਗੱਡੀ? ਹਾਂਜੀ ਆਪਣੀ। ਮੈਂ ਬੰਦ ਨਹੀਂ ਕੀਤੀ, ਮੈਂ ਕਿਹਾ ਬੰਦ ਕੀਤੀ ਨਾ ਇੰਜਣ ਨਾ ਕਿਤੇ ਸੀਜ਼ ਹੋ ਜਾਵੇ। ਤੂੰ ਇਹ ਕਿਹੜਾ ਭਾਜੀ ਕੰਮ ਆ, ਘਰੋਂ ਆਉਣ ਲੱਗੇ ਪਹਿਲਾਂ ਪਾਣੀ ਪੂਣੀ ਚੈੱਕ ਕਰ ਲਿਆ ਕਰੋ ਗੱਡੀ ਦਾ। ਤੁਹਾਡਾ ਗੱਡੀਆਂ ਦਾ ਕੰਮ? ਨਹੀਂ, ਮੈਂ ਤਾਂ ਚੰਗੀ ਚੀਜ਼ ਚਲਾਉਂਦਾ, ਲੇਕਿਨ ਇਹ ਕੰਮ ਵੇਖ ਲਈਦਾ, ਸਾਰੀ ਤੁਹਾਡੀ ਇਹੀ ਕੰਮ ਆ। ਨਹੀਂ ਤਾਂ ਫਿਰ ਤੁਹਾਨੂੰ ਕੀ ਪਤਾ ਇਸ ਕੰਮ ਦਾ ਕੀ ਹੁੰਦਾ? ਯਾਰ ਰਾਤੀ ਟੂਟੀ ਖਰਾਬ ਸੀ ਸਾਡੀ, ਚੋਲਾਂ ਨੂੰ ਸੀ ਹਟਣ ਦੇ,
ਮੈਂ ਸਵੇਰੇ ਲਿਆ ਕੇ ਟੂਟੀ ਆਪ ਬਦਲੀ ਆ, ਟੂਟੀ ਠੀਕ ਆ, ਜਾ ਕੇ ਵੇਚ ਸਕਦਾ, ਇਹ ਕਿਹੜਾ ਕੰਮ? ਇਹਦਾ ਕੀ ਤਲਕ ਹੋਇਆ ਯਾਰ ਗੱਡੀ ਨਾਲ ਭਾਈ? ਉਹ ਲੈ ਇਹਦਾ ਹੀ ਤਾਂ ਤਲਕ ਆ, ਆਹ 4-5 ਦਿਨ ਵੇਲੇ ਆ, ਕਿੰਨੀ ਗਰਮੀ ਆ, ਬੱਚਿਆਂ ਦਾ ਪੱਖਾ ਖਰਾਬ ਸੀ, ਇੱਕ ਪਾਸੇ ਹੀ ਮੁੜਦਾ ਸੀ, ਦੂਏ ਪਾਸੇ ਨਹੀਂ ਸੀ ਮੁੜਦਾ, ਦਰਾਰੀ ਸਾਡੇ ਲਿਆ ਕੇ ਮੋਟਰ 'ਚ ਪਾਇਆ, ਪੱਖਾ ਚੱਲਣ ਗਿਆ ਭਾਈ। ਇਹ ਗੱਡੀ ਆ ਯਾਰ, ਤੂੰ ਰਾਹ ਜਾਂਦੇ ਤੁਹਾਡੇ ਲੋਕਾਂ ਨੂੰ ਪਤਾ ਨਹੀਂ ਕਿਹੜਾ ਕੰਮ ਆ, ਉਹ ਚਲੋ ਭਾਈ ਤੁਹਾਡਾ ਕੋਈ ਕੰਮ ਨਾ ਤਲਕ ਹੁੰਦਾ, ਨਾ ਗੱਲ ਨਾ ਬਾਤ, ਮੈਂ ਮਦਦ ਲਈ ਰੁਕਿਆ ਭਾਜੀ। ਇਹ ਕਿਹੜਾ ਮਦਦ? ਇੱਥੇ ਕਿਤੇ ਮੇਰੇ ਉੱਤੇ ਕੋਈ ਸ਼ੈਡ ਡਿੱਗ ਪਈ ਹੈ ਜਿਹੜਾ ਤੂੰ ਮੈਨੂੰ ਥੱਲੇ ਕੱਢਣ ਡੇ? ਮਦਦ ਇੱਥੇ ਉਹ ਮੁੜ ਕੇ ਤੁਸੀਂ ਐਵੇਂ ਪੈਸੇ ਲਵਾ ਲੈਣੇ ਬਹੁਤੇ, ਕੋਈ ਬੰਦਾ ਬੁਲਾ ਕੇ, ਮੈਂ ਤਾਂ ਕਿਹਾ ਚਲੋ ਵੇਖ ਲੈਂਦੇ ਹਾਂ, ਰੌਲਾ ਹੈਗਾ। ਉਹ ਯਾਰ ਤੂੰ ਆਪਣਾ ਚਿੰਗਸੀ ਲੈ ਤੇ ਜਾ ਭਾਈ, ਮਤਲਬ ਤੁਹਾਡਾ ਪਤਾ ਨਹੀਂ ਕੀ ਮਾਮਲਾ ਆ ਕਿ ਤੁਸੀਂ ਹਰ ਕੰਮ 'ਚ ਪੰਗਾ, ਹਰ ਕੰਮ 'ਚ ਪੰਗਾ। ਤੈਨੂੰ ਚਿੰਗਚੀ ਤੂੰ ਚਲਾਉਂਦਾ ਆ, ਤੇਰਾ ਕੋਈ ਤੁੱਕ ਬਣਦਾ ਆ ਗੱਡੀ ਦੀ ਗੱਲ ਕਰਨ ਦਾ? ਇਹ 'ਚ ਪਾਣੀ ਤਾਂ ਪਾਓ, ਪਾਣੀ ਪਾਓ, ਹੀਟ ਹੋਈ ਤਾਂ ਸੈੱਟ ਹੋ ਜਾਂਦੀ। ਹਾਂ ਚਲੋ ਬਿਸਮਿਲ੍ਲਾ। ਮੋਬਲੈਲ ਕਦੋਂ ਤੱਕ ਬਦਲਾਇਆ ਗੱਡੀ ਦਾ? ਉਹ ਯਾਰ ਤੂੰ ਟਿਓਟਾ ਵਾਲਿਆਂ ਦਾ ਮੁੰਡਾ ਆ, ਤੂੰ ਮੋਬਲੈਲ ਕਦੋਂ ਪਵਾਇਆ ਅਤੇ ਫਲਾਨਾ, ਸਾਡਾ ਮਾਮਲਾ ਆ, ਅਸੀਂ ਜੋ ਮਰਜ਼ੀ ਕਰੀਏ। ਇਹ ਕੋਈ ਕੰਮਾਂ 'ਚੋਂ ਕੰਮ ਨਹੀਂ ਹੈਗਾ, ਤੁਸੀਂ ਗੱਡੀ ਲੈ ਲੈਂਦੇ ਹੋ ਭਾਜੀ, ਕੋਈ ਮਾੜੀ? ਚਲੋ ਕੋਈ ਸਵਾਰੀ ਬਿਠਾਓ ਤੇ ਜਾਓ ਟੁੱਡੀ ਵਾਲੇ ਵੱਲ ਨੂੰ। ਕੋਈ ਨਹੀਂ, ਇਹ ਕਿਹੜੀ ਗੱਲ ਆ, ਮੈਂ ਇੱਥੇ ਅਸੀਂ ਖਲੋਈਦਾ ਭਾਈ, ਇਹ ਕਿਹੜੀ ਗੱਲ? ਗੱਡੀ ਬੰਦ ਨਾ ਕਰਿਓ, ਸੀਧ ਹੋ ਜਾਂਦੀ ਮੁੜ ਕੇ, ਰੈਡ ਰੈਡ ਤੇ ਪਾਣੀ ਪਾਓ ਇਹਦੇ। ਉਹ ਯਾਰ ਨਾ ਬੋਲੀ ਜਾ ਯਾਰ, ਮਕੈਨਿਕ ਆਏਗਾ ਆਪ ਹੀ ਦੇਖ ਲਏਗਾ ਭਾਈ। ਉਹਨੇ ਆ ਕੇ ਪੈਸੇ ਪੂਹੇ ਲੈ ਲੈਣੇ ਪਹਿਲੇ, ਮੈਂ ਜਿੱਦਾਂ ਕਹਿੰਦੇ ਆ ਕਰਕੇ, ਸਾਰੇ ਪੈਸੇ ਹੀ ਲੈਂਦੇ ਆ। ਕਿਤੋਂ ਦੂਰੋਂ ਆਉਂਦਾ ਹੈ ਭਾਈ ਜਿਹੜਾ ਬੰਦਾ? ਜਾ ਯਾਰ, ਜਾ ਭਾਈ ਜਾ, ਐਵੇਂ ਨਹੀਂ ਹਰ ਗੱਲ 'ਚ, ਹਰ ਕੰਮ 'ਚ ਪੰਗਾ ਨਹੀਂ ਲਈਦਾ ਹੁੰਦਾ। ਟੂਲ ਕਿੱਟ ਹੈਗੀ ਵਿੱਚ ਦਿਓ ਮੈਨੂੰ, ਕੋਈ ਪਲਾਸ ਪਲੂਸ ਦਿਓ, ਮੈਂ ਪਾ ਦਿੰਦਾ ਪਾਣੀ ਭਾਜੀ, ਕਿਹੜੀ ਗੱਲ? ਉਹ ਤੈਨੂੰ ਨਹੀਂ, ਤੈਨੂੰ ਪਤਾ ਇਹਦਾ ਪਾਣੀ ਕਿੱਥੇ ਪੈਂਦਾ? ਉਹ ਭਾਈ ਇਹਨੂੰ ਕਿਹੜਾ ਕੋਈ ਲੈਦਾ ਟੈਂਕੀ ਲੱਗੀ ਹੁਣ ਦੀ, ਪਾਣੀ ਪਾਉਣਾ ਉੱਤੇ ਪਾ ਦਿਓ, ਇੱਥੇ ਪਾ ਦਿਓ, ਗੱਡੀ ਨੇ ਤਾਂ ਠੰਡੀ ਹੋਈ ਜਾਣਾ। ਚਲੋ ਅੱਲਾ ਦੇ ਸਪੁਰਦ ਜਾਓ। ਆ ਇੱਥੇ ਕੀ ਪੈਂਦਾ, ਇੱਥੇ ਕੀ? ਉਹ ਯਾਰ ਇੱਥੇ ਛੱਡ ਦੇ ਤੂੰ ਭਾਈ, ਇਹਨੂੰ ਹੱਥ ਨਾਲ ਲਾ, ਇਹ ਮਕੈਨਿਕ ਦਾ ਕੰਮ ਆ, ਮਕੈਨਿਕ ਆਪ ਹੀ ਆ ਕੇ ਦੇਖੇ। ਇਹ ਹੀਟ ਹੂਟ ਨਹੀਂ ਹੋਈ, ਐਵੇਂ ਉਹਦੇ ਮਗਰ ਨਾ ਲੱਗ ਜਾਈਓ, ਪੈਸੇ ਲਵਾ ਦੇਗਾ ਤੁਹਾਡੇ, ਲੱਗਣ ਦੇ ਤੂੰ ਮੇਰੇ ਪੈਸੇ। ਚਲੋ ਸਾਨੂੰ ਕੀ ਆ, ਅੱਜ ਦੇਖਿਆ ਪਾਣੀ ਇੱਥੇ ਸਾਈਡ ਵਾਲੀ ਟੈਂਕੀ 'ਚ ਪਾਣੀ ਪੂਰਾ? ਹਾਂਜੀ ਪੂਰਾ। ਜਾ ਤੂੰ ਭਾਈ, ਕੰਮ ਕੋਈ ਐਡਾ ਨਹੀਂ ਹੈਗਾ, ਐਵੇਂ ਤੁਸੀਂ ਪੈਸੇ ਲਵਾ ਲੈਣੇ ਆ, ਐਡਾ ਕੰਮ ਕੋਈ ਨਹੀਂ ਹੈ। ਰਾਹ ਜਾਂਦੇ ਨਾ ਕੰਮ ਨਾ ਕਾਰ ਨਾ ਗੱਲ ਨਾ। ਮੈਨੂੰ ਕੀ ਭਾਈ, ਮੈਂ ਤਾਂ ਮਦਦ ਵਾਸਤੇ ਨਹੀਂ, ਮਦਦ ਤੂੰ ਐਡੀ ਰਹਿਣ ਦੇ। ਐਡਾ ਮੈਂ ਮਤਲਬ ਕਿ ਮੇਰੇ ਸਾਡਾ ਜਹਾਜ਼ ਕਰੈਸ਼ ਹੋ ਗਿਆ ਨਾ, ਅਤੇ ਮੈਂ ਪਾਣੀ 'ਚ ਡੁੱਬਣ ਡਿਆ, ਜਿਹੜਾ ਤੂੰ ਮੇਰੀ ਹੈਲਪ ਵਾਸਤੇ ਆ ਗਏ ਆ, ਕਿ ਆਸੇ ਪਾਸੇ ਸਮੁੰਦਰ ਹੀ ਸਮੁੰਦਰ ਆ ਭਾਈ, ਜੋ ਤੂੰ ਮੈਨੂੰ ਟੂਪ ਨਾ ਫੜਾਈ ਤੇ ਮੈਂ ਡੁੱਬ ਜਾਣਾ। ਅੱਛਾ ਇਹ ਨਾ ਪੈਸੇ ਲਵਾਉਣ ਦਾ ਤੁਸੀਂ ਐਵੇਂ ਬਹਾਨਾ ਬਣਾ ਲਿਆ, ਆ ਘਰ ਇਸਤਰੀ ਜਿਹੜੀ ਗਰਮ ਨਹੀਂ ਸੀ ਹੁੰਦੀ ਸਾਡੀ, ਐਲੀਮੈਂਟ ਲਿਆ ਕੇ ਮੈਂ ਆਪ ਬਦਲਿਆ, ਇਸਤਰੀ ਚੱਲਣ ਦੀ ਜਾ ਕੇ ਕਾਟਨ ਵਾਲਾ ਸੂਟ ਇਸਤਰੀ ਕਰ ਲਾ, ਭਾਵੇਂ ਕੰਬਲ ਕਰ ਲਾ, ਹੋਣ ਦਿਆ, ਇਹ ਕੋਈ ਕੰਮ ਨਹੀਂ ਹੁੰਦਾ, ਮਾੜੀ ਸਮਝ ਹੋਣੀ ਚਾਹੀਦੀ ਬੰਦੇ ਨੂੰ। ਚਲੋ ਜਾਓ, ਅੱਲਾ ਇਸ ਪਰ ਲੈ, ਐ ਵੀ ਇੰਜਣ ਹੀ ਆ ਇਹਦਾ, ਵੀ ਆਪ ਓਵਰਹਾਲ ਕਰਦਾ ਮੈਂ ਸਾਰਾ ਕੰਮ। ਕਰੀ ਜਾ ਕਰੀ ਜਾ ਕਰੀ ਜਾ ਜਾ ਵਿਹਲੇ। ਚਲੋ ਸਾਨੂੰ ਕੀ ਆ, ਵਿਹਲਿਆਂ ਨੂੰ ਹੋਰ ਕੋਈ ਕੰਮ ਨਹੀਂ ਹੈਗਾ। ਦੂਰੋਂ ਆਇਆ ਕਿਤੇ? ਦੂਰੋਂ ਭਾਈ? ਹਾਂਜੀ ਹਾਂਜੀ, ਮੈਂ ਦੂਰੋਂ ਆਇਆ, ਤੁਰਕੀ 'ਚੋਂ ਆਇਆ, ਤੁਰਕੀ 'ਚੋਂ। ਅਤੇ ਇੱਥੇ ਪਾਣੀ ਪਾਓ ਇਹਦੇ 'ਤੇ, ਗੱਡੀ ਹੀਟ ਹੋਈ ਫਿਰ ਜੇ ਤੁਸੀਂ ਕਹਿੰਦੇ ਆ, ਆ ਹੀਟ ਹੂਟ ਵੀ ਕੋਈ ਨਹੀਂ ਤਾਂ ਤੁਹਾਨੂੰ ਪਤਾ। ਯਾਰ ਨਾ ਹੱਥ ਲਾ ਭਾਈ, ਪਿੱਛੋਂ ਜਾ, ਨਾ ਹੱਥ ਲਾ, ਕੋਈ ਪਾਣੀ ਦੀ ਬੋਤਲ ਆਇਆ, ਨੇੜਿਓਂ ਆਇਆ, ਇਸਤਰੀ ਮੈਂ ਠੀਕ ਕਰ ਲਈ, ਮੈਂ ਪੱਖਾ ਠੀਕ ਕਰ ਲਿਆ। ਪਾਣੀ ਦੀ ਬੋਤਲ ਪਈ ਗੱਡੀ 'ਚ? ਹੈਂ ਪਾਣੀ ਦੀ ਬੋਤਲ ਨਹੀਂ, ਇਹ 7-Up ਪੀਂਦੀ ਹੈ। ਚਲੋ ਸਾਨੂੰ ਕੀ, ਬੁਲਾ ਲਓ ਉਹਨੇ ਆ ਕੇ, ਮੁੜ ਕੇ 2-4 ਹਜ਼ਾਰ ਲਵਾ ਦੇਣਾ ਤੁਹਾਡਾ। ਮੈਂ ਕਹਿੰਦਾ ਇੱਕ ਵਾਰੀ ਵੇਖ ਲਓ ਪਾਣੀ, ਆ ਢੱਕਣ ਤਾਂ ਖੋਲੋ, ਉੱਪਰ ਲਾ ਵੇਖੋ, ਬਾਲੇ ਮਾਰਦੀ। ਕੱਲ੍ਹ ਪਰਸੋਂ ਦੀ ਨਾ ਫਰਿੱਜ ਦਾ ਬਲਬ ਸੜ ਗਿਆ ਸੀ ਭਾਅ ਜੀ ਸਾਡਾ, 500 ਰੁਪਇਆ ਲਿਆ ਉਹਨੇ, ਕਹਿੰਦਾ ਸੀ ਲੈਣਾ ਬਲਬ ਬਦਲਣ ਦਾ, 150 ਦਾ ਲਿਆ ਕੇ ਮੈਂ ਆਪ ਬਦਲਿਆ। ਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਯਾਰ ਆ ਹੀਟ ਹੋ ਗਈ ਹੈ,
ਸੂਈ ਇੱਧਰ ਦੇਖੋ ਨਾ, ਆਹ ਦੇਖੋ ਸੂਈ ਹੀਟ ਵਾਲੀ ਫੁੱਲ ਉੱਤੇ ਗਈ। ਕੀ ਹੈ ਇੱਥੇ ਕੀ ਹੈ ਭਾਜੀ? ਗੱਡੀ ਹੀਟ ਹੋ ਗਈ ਹੈ। ਉਹ ਯਾਰ ਮੰਗਣ ਦੇ ਤੂੰ ਭਾਈ ਪੈਸੇ, ਹੀਟ ਹੋ ਗਈ ਹੈ ਨਾ ਸਭ ਗੱਡੀ। ਹੋਈ ਪਈ ਹੈ ਹੀਟ ਸਾਰੀ, ਹੀਟ ਹੋਈ ਪਈ। ਉਹ ਭਾਈ ਇਹਦਾ ਰੌਲਾ ਨਹੀਂ ਹੈਗਾ ਜਿਹਨੂੰ ਖੋਲਣ ਲੱਗਾ। ਉਹ ਯਾਰ ਤੈਨੂੰ ਕੀ ਪਤਾ, ਤੂੰ ਚਿੰਗਚੀ ਵਾਲਾ ਬੰਦਾ, ਤੈਨੂੰ ਕਾਰ ਦਾ ਕੀ ਪਤਾ ਹੈ ਯਾਰ? ਚਲੋ ਕਰੋ ਮੋਬਾਈਲ ਠੀਕ ਆ, ਉਹ ਕਹਿੰਦੇ ਹੁਣੇ ਕਿਤੇ ਬਦਲਿਆ। ਉਹ ਵੀਰੇ ਪਹਿਲਾਂ ਰੈਡੀਏਟਰ ਤੇ ਪਾਣੀ ਪਾ। ਉਹ ਭਾਈ ਯਾਰ ਰੈਡੀਏਟਰ ਚੱਲ ਪਿੱਛੇ ਨੂੰ ਯਾਰ, ਤੂੰ ਆਪਣਾ ਜਾ ਰਿਕਸ਼ਾ ਲੈ ਕੇ ਯਾਰ, ਤੂੰ ਤੇ ਕੀ ਕਰਨ ਦੇ ਆ? ਮਤਲਬ ਮੇਰੀ ਗੱਡੀ ਹੀਟ ਹੋਈ ਹੈ, ਮਕੈਨਿਕ ਇੱਥੇ ਆ ਗਿਆ, ਉਹ ਦੇਖਣ ਦੇ, ਤੈਨੂੰ ਇਸ ਗੱਲ ਨਾਲ ਕੀ ਹੈ? ਇਹ ਰਾਣਾ ਸਾਹਿਬ ਗੱਡੀ ਹੀਟ ਹੋ ਗਈ ਹੈ, ਵਰਕਸ਼ਾਪ ਲਈ ਜਾਣੀ ਪੈਣੀ। ਉਹ ਵਰਕਸ਼ਾਪ ਹੀਟ ਨਹੀਂ ਹੋਈ ਗੱਡੀ। ਉਹ ਯਾਰ ਉਹ ਕਹਿਣ ਦਿਆ ਵਰਕਸ਼ਾਪ ਜਾਣੀ, ਭਾਈ ਆਪਣਾ ਕੰਮ ਕਰ ਜਾ ਕੇ ਆਪਣਾ। ਉੱਤੋਂ ਗਰਮੀ ਹੈ, ਇੱਦਾਂ ਹੀ ਪੈਸੇ ਲਵਾਉਂਦੇ ਹੀ ਟੂਟ ਕੋਈ ਨਹੀਂ। ਇਹ ਰੈਡੀਟਰ ਤੇ ਪਾਣੀ ਪਾਓ, ਗੱਡੀ ਤੁਹਾਡੀ ਚੱਲਦੀ ਪਈ। ਅੱਛਾ ਅਗਰ ਗੱਡੀ ਖਰਾਬ ਹੋਵੇ ਉਹਨੂੰ ਮਤਲਬ ਰੋਟੀ ਖਵਾ ਕੇ ਮੈਂ ਗੱਡੀ ਠੀਕ ਕਰ ਲੈਣੀ, ਪੈਸੇ ਲੈਣੇ ਉਹਨੇ? ਚਲੋ ਸਾਨੂੰ ਇਹ ਕੌਣ ਆ? ਉਹ ਯਾਰ ਇਹ ਚਿੰਗਚੀ ਵਾਲਾ ਆ ਵੀ ਗੱਡੀ ਮੈਂ ਇੱਥੇ ਚੈੱਕ ਕਰਨ ਆ ਕੇ ਤੇ ਖਲੋ ਗਿਆ, ਹੁਣ ਕਦੀ ਇਹ ਹੋ ਗਿਆ, ਕਹਿੰਦਾ ਮੇਰੇ ਘਰ ਦੀ ਇਸਤਰੀ ਖਰਾਬ ਹੋਈ, ਮੈਂ ਆਪ ਠੀਕ ਕਰ ਲਈ। ਰਾਤੀ ਯਾਰ ਸਾਡੀ 2-3 ਦਿਨ ਪਹਿਲਾਂ ਨਾ ਫਰਿੱਜ ਦਾ ਬਲਬ ਸੜ ਗਿਆ, ਉਹ ਮਕੈਨਿਕ ਨੂੰ ਸੱਦਿਆ, ਕਹਿੰਦਾ 300 ਰੁਪਈਆ ਨੂੰ ਬਲਬ ਪਾਉਣ ਦਾ, 140 ਦਾ ਬਲਬ ਆਇਆ, ਮੈਂ ਆਪ ਲਿਆ ਕੇ ਲਾ ਲਿਆ, ਫਰਿੱਜ ਦੇ ਵਿੱਚ ਲਾਈਟ ਹੋ ਗਈ। ਆ ਚਿੰਗਜੀ ਚਲਾਉਂਦਾ ਤੂੰ? ਹਾਂਜੀ। ਗੈਟਅਪ ਤੇਰਾ ਬੱਚੇ ਚੱਕਣ ਵਾਲਾ, ਤੈਨੂੰ ਕੀ ਪਤਾ ਖੋਤੇ ਘੋੜੇ 'ਚ ਕੀ ਫਰਕ ਹੁੰਦਾ? ਚਲਾਉਂਦਾ ਤੂੰ ਚਿੰਗਜੀ ਆ ਤੇ ਤੈਨੂੰ ਕੀ ਪਤਾ ਹੀਟ ਹੋਈ ਆ ਕਿ ਕੀ ਹੋਇਆ? ਆਦਮੀ ਨੂੰ ਨਹੀਂ ਪਤਾ, ਤੂੰ ਐਵੇਂ ਉੱਥੋਂ ਨੂੰ ਚੂਨਾ ਲਾ ਕੇ ਨਿਕਲ ਜਾਣਾ ਯਾਰ, ਕਿਹੜਾ ਹੀਟ ਚੂਨਾ? ਮੈਂ ਕਦੋਂ ਰੰਗ ਦਾ ਡੱਬਾ ਤੇ ਬੁਰਸ਼ ਫੜਿਆ, ਚੂਨਾ ਲਾ ਕੇ ਨਿਕਲ ਜਾਣਾ? ਚਲੋ ਜੀ ਸਾਨੂੰ ਕੀ, ਸਾਨੂੰ ਤੈਨੂੰ ਕੀ, ਤੇ ਤੂੰ ਐਵੇਂ ਸ਼ਰੀਫ ਆਦਮੀ ਮੰਗ ਲਿਆ ਤੂੰ ਇੱਥੇ ਵਰਕਸ਼ਾਪ ਪੈਸੇ ਲੈਣੇ ਆ, ਹੁਣ ਤੂੰ ਪੈਸੇ ਕੱਟ। 1000 ਨਾ ਦੇ, ਉੱਥੇ ਪਾਣੀ ਪਾ ਲਓ, ਗੱਡੀ ਤੁਹਾਡੀ ਚੱਲਣ ਦੀ, ਇਹਨੂੰ ਵੀ ਤਾਂ ਦੇਣਾ ਹੀ ਹੈ ਨਾ 4-5 ਹਜ਼ਾਰ। ਉਹ ਪਾਣੀ ਪਾ ਲਓ ਕੀ ਗੱਲ ਆ, ਗੱਡੀ ਨੇ ਕੋਈ ਕਸਮ ਦਵਾਉਣੀ ਗੱਡੀ ਕੋਲੋਂ ਗੱਡੀ ਨੂੰ ਪਾਣੀ ਪਾ ਕੇ? ਭਾਈ ਤੂੰ ਕਿਹੜਾ ਮਿਸਤਰੀ, ਤੈਨੂੰ ਕਦੇ ਖੋਤਾ ਬੰਨਿਆ ਕੇ ਗੱਡੀ ਨੂੰ ਪਾਣੀ ਪਾ ਦਿਓ? ਸਹੀ ਸਹੀ ਪੈਸੇ ਦੱਸ ਕਿੰਨੇ ਆ ਤੇ ਇਹਨੂੰ ਟੋਚਨ ਕਰਕੇ ਤੇ ਲੈ ਚੱਲ। 800 ਰੁਪਈਆ ਦੇ ਦੇ। ਰੁਪਈਆ 500 ਲੈਣਾ, ਦੱਸ ਮੁੱਕ ਗਏ। ਚਲੋ ਬੰਨੋ। ਬਸ ਇੱਥੇ ਲਾ ਦਿਓ ਭਾਜੀ। ਅੱਛਾ ਉਹ ਕਾਕਾ ਜਲਦੀ ਕਰ ਦੇ ਪੁੱਤ, ਓਏ ਆ ਮੇਰੇ ਬੜੀ ਦਰਦ ਹੋ ਰਹੀ ਆ। ਜਲਦੀ ਕੀ ਕਰਾਂ, ਜਲਦੀ ਤੇ ਰਹਿਣ ਪੁੱਤ ਤੇ। ਇਹ ਜੀ ਹੀਟ ਹੋਈ ਆ ਗੱਡੀ, ਗੱਡੀ ਚੱਕ ਭਰ ਗਈ ਆ, ਇਹ ਕੋਈ 10-15 ਮਿੰਟਾਂ ਦਾ ਕੰਮ ਨਹੀਂ ਹੈਗਾ। ਹੈ ਆ ਪੁੱਤਰ ਤੇਰਾ, ਜਲਦੀ ਕਰ ਦੇ। ਜਲਦੀ ਕੀ ਕਰਦੀ ਹੈ ਜੀ, ਇਹ ਤਾਂ ਕਿਹੜਾ ਕੋਈ ਆਇਲ ਚੇਂਜ ਕਰਨਾ ਕਿ ਜਿਹੜਾ ਤੁਹਾਨੂੰ 1/2 ਘੰਟੇ 'ਚ ਕਰਕੇ ਦੇ ਦੇਣਾ। ਇਹ ਗੱਡੀ ਹੀਟ ਹੋਈ ਆ, ਚੱਕ ਭਰ ਗਈ ਆ। ਆ ਪੁੱਤਰ ਇਹਨੂੰ ਦੱਸਿਆ ਨਹੀਂ ਮੈਂ? ਪਾਇਆ ਹਾਂਜੀ, ਤੇਰੇ ਚੱਕ ਮਾਰ ਲਿਆ ਕੁੱਤੇ ਦੇ ਭਾਜੀ। ਕਦੋਂ ਡਬਲ ਸਵਾਰੀ ਹੁੰਦੀ ਹੈ ਤੁਹਾਨੂੰ ਕੁੱਤਾ? ਹੁਣ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕੁੱਤਾ ਲਿਆ ਕੇ ਗੱਡੀ ਲਈ ਹੈ। ਚੱਕ ਭਰ ਗਿਆ ਕੀ ਹੋਇਆ? ਉਹ ਭਾਜੀ ਇੰਜਣ ਚੱਕ ਭਰ ਗਿਆ, ਹੀਟ ਹੋਣ ਦੇ ਨਾਲ ਨਾ ਇੰਜਣ ਚੱਕ ਭਰ ਗਿਆ। ਦੰਦ ਨੇ ਇੰਜਣ ਦੇ? ਓ ਯਾਰ ਇਹਨੂੰ ਦੱਸਿਆ ਨਹੀਂ ਵੀ ਮੇਰੀ ਲੱਤ ਤੇ ਸੱਟ ਲੱਗੀ ਹੋਈ ਆ ਯਾਰ। ਉਹ ਮਰੀਜ਼ ਆਦਮੀ ਹੈ, ਜਲਦੀ ਜਾਣਾ ਯਾਰ ਅਸੀਂ ਹਸਪਤਾਲ। ਤੇ ਤੁਸੀਂ ਮਰੀਜ਼ ਭਾਜੀ ਕੱਢ ਕੇ ਲੈ ਜਾਓ, ਗੱਡੀ ਤੁਹਾਡੀ ਨੂੰ 2-3 ਦਿਨ ਲੱਗਣੇ ਨੇ। 2-3 ਦਿਨ ਕਰਤੇ ਵਰਕਸ਼ਾਪ, ਕੋਈ ਬੰਦਾ ਨਹੀਂ ਹੈਗਾ, ਭੱਜ ਗਏ ਸਾਰੇ ਇੱਥੋਂ? ਉਹ ਯਾਰ ਬੰਦਿਆਂ ਦਾ ਕੰਮ ਹੁੰਦਾ ਵਰਕਸ਼ਾਪ 'ਚ, ਹੋਰ ਕਦੋਂ ਇੱਥੇ ਕੋਈ ਏਰੀਅਨ ਕੰਮ ਕਰਦੇ ਆ, ਬੰਦੇ ਹੀ ਕਰਦੇ ਆ। ਤੇ 2-3 ਦਿਨ ਦਾ ਕੀ ਮਤਲਬ ਹੋਇਆ? ਉਹ ਭਾਜੀ ਇੰਜਣ ਸਾਰਾ ਖੋਲਣਾ ਪੈਣਾ ਵਾ, ਵੇਖਣਾ ਪੈਣਾ ਸਾਰਾ ਮਾਮਲਾ। ਤੇ ਵੇਖ ਲਾ ਤੂੰ,
ਪਹਿਲੇ ਨਹੀਂ ਕਦੀ ਇੰਜਣ ਵੇਖਿਆ, ਪਹਿਲੀ ਵਾਰੀ ਵੇਖਣਾ ਯਾਰ ਭਾਈ, ਇਹ ਨਹੀਂ ਗੱਲ, ਇੰਜਣ ਸਾਰਾ ਅਸੀਂ ਖੋਲ ਕੇ ਵੇਖਣਾ ਕਿ ਕੀ ਮਸਲਾ ਬਣ ਗਿਆ। ਗੱਡੀ ਤੁਹਾਡੀ ਚੱਕ ਭਰ ਗਈ ਆ, ਹੀਟ ਹੋ ਗਈ ਆ। ਯਾਰ ਚੱਕ ਵਾਲੀ ਗੱਲ ਤਾਂ ਖਤਮ ਕਰਨਾ, ਤੂੰ ਚੱਕ ਭਰ ਗਿਆ, ਚੱਕ ਭਰ ਗਿਆ, ਚੱਕੋ ਤੇ ਅਸੀਂ ਮਤਲਬ ਇੱਕ ਸੀਜ਼ ਹੋ ਗਿਆ। ਹਾਂਜੀ, ਤੇ ਫਿਰ ਤੈਨੂੰ ਇੱਦਾਂ ਨਹੀਂ ਆਉਂਦਾ ਇਹ ਕਹਿਣਾ? ਉਹ ਤੇ ਯਾਰ ਤੁਹਾਨੂੰ ਸਮਝ ਨਹੀਂ ਆਉਂਦੀ, ਅਸਲ ਚ ਤੁਸੀਂ ਪੜ੍ਹੇ ਲਿਖੇ। ਚੱਕ ਭਰ ਗਿਆ, ਚੱਕ ਭਰ ਗਿਆ, ਚੱਕ ਭਰ ਗਿਆ, ਦੱਸੋ। ਹਾਏ ਹਾਏ, ਆ ਮੇਰੇ ਦਰਦ ਹੋ ਰਹੀ ਆ ਯਾਰ, ਇਹਨੂੰ ਕਹਿੰਦੇ ਨਾ ਜਲਦੀ ਕਰ ਦੇ। ਯਾਰ ਤੁਸੀਂ ਹੁਣ ਗੱਡੀ ਠੀਕ ਕਰਾਉਣੀ ਆ ਤੇ ਇੱਥੋਂ ਜਾਣਾ ਅੱਲਾ ਦੇ ਬੰਦੇ ਹੋ। ਆਹੋ, ਤੁਸੀਂ ਇਹਨਾਂ ਨੂੰ ਲੈ ਜਾਓ ਨਾ ਅੰਕਲ ਹੁਣਾਂ ਨੂੰ ਤੇ ਗੱਡੀ ਜਿਵੇਂ ਠੀਕ ਹੁੰਦੀ ਆ। ਅੱਛਾ, ਨਹੀਂ ਇਹਨਾਂ ਦੀ ਲੱਤ ਟੁੱਟੀ ਨੂੰ 7-8 ਦਿਨ ਹੋ ਗਏ ਤੇ ਉਹ ਇਹ ਗੱਡੀ 'ਚ ਹੀ ਨੇ, ਇਹ ਅੰਦਰ ਕਮਰੇ 'ਚ ਨਹੀਂ ਜਾਂਦੇ। ਇਹ ਗੱਡੀ ਕਿਸੇ ਬਾਬੇ ਕੋਲ ਪੜਾਈ ਆ ਕਿ ਇਹਦੀ ਲੱਤ ਟੁੱਟੀ ਇਹਦੇ 'ਚ ਰੱਖਣਾ ਇਹਨੂੰ? ਨਹੀਂ ਨਹੀਂ, ਉਹ ਸਾਡੀ ਇਹ ਖਰੀਦੀ ਸੀ ਗੱਡੀ ਸਾਡੀ ਅੰਮੀ ਨੇ। ਅੱਛਾ, ਤੇ ਉਹ ਫੌਤ ਹੋ ਗਏ ਤੇ ਫਿਰ ਜਦੋਂ ਇਹ ਠੰਡੇ ਮੱਠੇ ਹੁੰਦੇ ਆ ਨਾ ਤੇ ਫਿਰ ਗੱਡੀ 'ਚ ਹੀ ਰਹਿੰਦੇ ਆ। ਕਹਿੰਦੇ ਮੈਂ ਗੱਡੀ 'ਚ ਰਹਿ ਕੇ ਨਾ ਜਲਦੀ ਠੀਕ ਹੋ ਜਾਂਦਾ, ਤੇ ਉਹ ਜਦੋਂ ਦੀ ਲੱਤ ਟੁੱਟੀ ਆ ਇੱਥੇ ਹੀ ਨੇ, ਯਾਦ ਤਾਜ਼ਾ ਹੋ ਜਾਂਦੀ ਹੈ ਅੰਮੀ ਵਾਲੀ। ਤੇ ਇਹਨਾਂ ਨੂੰ ਤੁਸੀਂ ਕੋਈ ਰੁਪਈਆ ਕੋਈ 2-4 ਹਜ਼ਾਰ ਦੇ ਕੇ ਮਰਵਾ ਦਿਓ, ਇਹ ਅੰਮੀ ਕੋ ਜਾਣ ਸਿੱਧੇ। ਤੂੰ ਨਾਲ ਚਲਾ ਜਾ। ਓ ਯਾਰ, ਨਾਲ ਮੈਂ ਕਿੱਥੇ ਚੱਲ ਜਾਵਾਂ? ਇਹਨਾਂ ਨੇ ਬੜਾ ਕਿਤੇ ਅੰਮੀ ਨੇ ਮਾਰ ਕੇ ਤੀਸਰੀ ਗਲੀ 'ਚ ਮਕਾਨ ਲਿਆ ਵਾ ਕਿ ਮੈਂ ਇਹਨੂੰ ਦੱਸਾਂ ਕਿ ਇੱਥੇ ਰਹਿੰਦੀ ਹੈ। ਇਹ ਜਦੋਂ ਮਰਨਾ ਇਹਨੇ ਆਪ ਪਹੁੰਚ ਜਾਣਾ ਉੱਥੇ। ਇਹਨਾਂ ਗੱਲਾਂ ਨੂੰ ਛੱਡ੓, ਗੱਡੀ ਨੂੰ ਠੀਕ ਕਰਾ। ਓ ਬਾਬਾ ਜੀ, ਤੁਸੀਂ ਵੀ ਗੱਡੀ ਛੱਡੋ ਤੇ ਫੇਰ ਹੀ ਠੀਕ ਕਰਾਂਗੇ। ਓ ਮੈਂ ਜੋ ਮੇਰੀ ਲੱਤ ਟੁੱਟੀ ਹੈ ਯਾਰ। ਕਿ ਅੱਬੂ ਹੁਣਾਂ ਨੇ ਗੱਡੀ ਨਹੀਂ ਛੱਡਣੀ ਤੇ ਇਹ ਅਗਰ 3 ਦਿਨ ਗੱਡੀ ਤੇ ਲੱਗਣੇ ਆ ਕਿ ਅੱਬੂ ਹੁਣਾਂ ਨੇ ਵੀ ਵਿੱਚ ਹੀ ਰਹਿਣਾ। ਫਿਰ ਮੈਂ ਤੁਹਾਨੂੰ ਦਵਾਈਆਂ ਦੱਸ ਦਿੰਦਾ ਕਿਸ ਕਿਸ ਟਾਈਮ ਦੇਣੀ ਆ ਇਹਨਾਂ ਨੂੰ। ਤੇ ਉਹ ਇਹ ਹੈ ਕਿ ਇਹ ਕੀ ਬਾਹਰ ਕੀ ਲਿਖਿਆ ਹੈ? ਐਮਰਜੈਂਸੀ ਵਰਕਸ਼ਾਪ ਲਿਖਿਆ। ਮਤਲਬ? ਨਹੀਂ ਨਹੀਂ, ਉਹ ਤੂੰ ਮਰੀਜ਼ ਵੀ ਸਾਨੂੰ ਦੇ ਚੱਲਾਂਗੇ, ਇਹਦੀਆਂ ਦਵਾਈਆਂ ਦਵਾਈਆਂ ਮੈਂ ਤੁਹਾਨੂੰ ਦੱਸ ਦੇਣਾ ਕਿਹੜੇ ਟਾਈਮ ਦੇਣੀਆਂ ਹੈ। ਇੱਥੇ ਕਦੋਂ ਅਸੀਂ ਆਪਰੇਸ਼ਨ ਥੀਏਟਰ ਆਏ? ਨਹੀਂ ਉਹ ਯਾਰ ਵਰਕਸ਼ਾਪ ਆਏ ਸਵੇਰੇ, ਜਿਹੜੇ ਰਾਤ ਨੂੰ ਤੁਸੀਂ ਰੋਟੀ ਆਪਣੀ ਖਵਾ ਕੇ ਦਵਾਈ ਖਵਾ ਕੇ ਤੇ ਵਰਕਸ਼ਾਪ ਬੰਦ ਕਰਕੇ ਚਲੇ ਗਏ। ਸਵੇਰੇ ਘਰੋਂ ਆਉਂਦੇ ਤੂੰ ਨਾਸ਼ਤਾ ਲੈ ਆਂਦਾ, ਨਾਸ਼ਤਾ ਕਰਾਇਆ ਤੇ ਨਾਸ਼ਤਾ ਕਰਾ ਕੇ ਦੁਪਹਿਰ ਦੀ ਦਵਾਈ ਦੇ ਦਿੱਤੀ। ਉਹ ਯਾਰ ਤੂੰ ਅੱਬਾ ਰੱਖਿਆ ਕਿ ਕੁੱਕੜ ਰੱਖਿਆ? ਮਤਲਬ ਕਿ ਸ਼ਾਮ ਨੂੰ ਇਹਨੂੰ ਡੱਕ ਗਏ, ਸਵੇਰੇ ਆਣ ਕੇ ਖੋਲੇ, ਇਹਨੂੰ ਭੋਰੇ ਸ਼ੋਰੇ ਪਾ ਤੇ ਇਹਨੂੰ ਕੋਈ ਕੀ ਲੜਾਉਣਾ ਹੀ ਕਿਤੇ ਅੱਬਾ? ਯਾਰ ਕੀ ਬਤਮੀਜ਼ੀ, ਨਾਲ ਲੈ ਜਾਓ। ਜਿੱਲੇ ਖਾਣਾ ਖਾਣਾ ਹੈ ਨਾ, ਖਾਣਾ ਖਾਣ ਤੋਂ 2-3 ਮਿੰਟ ਬਾਅਦ ਵਾਸ਼ਰੂਮ ਜਾਂਦੇ ਆ, ਬਸ ਆਖਰੀ ਬੁਰਕੀ ਮੂੰਹ 'ਚ ਹੋਵੇ ਤੇ ਲੈ ਕੇ ਬਾਥਰੂਮ ਵੱਲ ਭੱਜ ਪੈਣਾ। ਬਸ ਇੰਨਾ ਹੀ ਆ ਯਾਰ। ਤੂੰ ਮੈਨੂੰ ਇਹ ਦੱਸ, ਤੂੰ ਅੱਬਾ ਵਰਕਸ਼ਾਪ ਲਿਆਇਆ ਜਾਂ ਅੱਬੇ ਦੇ ਨਾਨਕਿਆਂ ਦੇ ਲਿਆਇਆ? ਮੈਂ ਇਹਦੀ ਮਾਸੀ ਆ ਜਾਂ ਇਹਦੀ ਸੱਸ ਆ ਜਾਂ ਇਹਦੀ ਅੰਮੀ ਆ? ਮੈਂ ਵਾਸ਼ਰੂਮ ਵੀ ਮੈਂ ਲੈ ਜਾਣਾ। ਭਾਈ ਜਾਨ, ਮਸਲਾ ਇਹ ਹੈ ਕਿ ਇਹਨਾਂ ਦਾ ਦਿਲ ਗੱਡੀ ਤੋਂ ਬਗੈਰ ਨਹੀਂ ਲੱਗਣਾ। ਉਹ ਯਾਰ, ਤੂੰ ਆ ਜਿਹੜੀ ਪਿਛਲੀ ਸੀਟ ਤੇ ਅੰਮੀ ਬੈਂਦੀ ਸੀ, ਇਹ ਸੀਟ ਪੱਟ ਕੇ ਘਰ ਲੈ ਜਾ, ਇਹਨੂੰ ਆਰਾਮ ਆ ਜਾਏਗਾ। ਜਿੱਦਣ ਲਿਆਏਗਾ ਨਾ ਗੱਡੀ ਠੀਕ ਹੋ ਜਾਏਗੀ, ਉਦੋਂ ਸੀਟ ਲਈ ਫਿੱਟ ਕਰ ਦੇ ਯਾਰ। 3 ਦਿਨ ਦੀ ਗੱਲ ਆ ਸਾਰੀ, 3 ਦਿਨ ਚ ਤੂੰ ਕਰ ਨਹੀਂ ਦੇਣੀ ਗੱਡੀ? ਉਹ ਗੱਡੀ ਨਾਲੋਂ ਤੇਰਾ ਬਹੁਤਾ ਅੱਬਾ ਖਰਾਬ ਆ। ਉਹ ਕੁਛ ਵੀ ਨਹੀਂ ਹੁੰਦਾ। ਜੂਸ ਕਾਹਦਾ ਪੀਆ ਕਰਨਾ ਤੁਸੀਂ? ਜੂਸ ਪਾਈਨਐਪਲ ਲੈ। ਸਾਡੇ ਕੋਲ ਪਾਈਨਐਪਲ ਨਹੀਂ ਜੀ ਹੁੰਦਾ, ਸਾਡੇ ਕੋਲ ਮੋਬਨੈਲ ਐਪਲ ਹੁੰਦਾ, ਕਾਲੇ ਰੰਗ ਦਾ। ਇਹ ਆ ਕਿ ਜਿਹੜਾ ਤੁਹਾਡੀ ਲੱਤ ਨੂੰ ਕਿਤੇ ਜ਼ੰਗ ਜ਼ੁੰਗ ਲੱਗ ਗਿਆ ਨਾ, ਰੁਕ ਗਈ ਆ, ਇਹ ਵੀ ਰਵਾਂ ਹੋ ਜਾਏਗੀ। ਜ਼ੰਗ ਜ਼ੁੰਗ ਕੀ ਗਿਆ? ਉਹ ਮਤਲਬ ਕਿ ਗਲਡਰੀ ਲੋਏ ਲੱਤ ਦੀ ਜਗ੍ਹਾ ਤੇ ਉਹਦੇ? ਉਹ ਯਾਰ, ਤੇ ਹੁਣ ਤੂੰ ਕੀ ਕਹਿਣ ਨੇ ਆ? ਤੂੰ ਅੱਬਾ ਇਹਨੂੰ ਘਰ ਲੈ ਜਾ ਵੀਰੇ, ਗੱਡੀ ਤਾਂ ਠੀਕ ਹੋਣੀ ਆ, ਅਸੀਂ ਕਿੱਥੇ ਤੇਰੇ ਅੱਬੇ ਨੂੰ ਸਾਂਭਦੇ ਫਿਰਾਂਗੇ? ਤੇਰਾ ਅੱਬਾ ਜੋ ਰਾਤ ਅਸੀਂ ਇੱਥੇ ਰੱਖ ਕੇ ਜਾਈਏ, ਤੇਰਾ ਅੱਬਾ ਚੋਰੀ ਕਰਕੇ ਲੈ ਜੇ। ਮੁੰਡਾ ਚੋਰੀ ਕਰਨ ਡਿਆ? ਕਿਹੜਾ? ਉਹ ਨਹੀਂ ਨਹੀਂ, ਚੋਰੀ ਨਹੀਂ ਕਰਨ ਡਿਆ, ਮੇਰੀ ਗੱਡੀ ਘਰ ਦੀ ਆ, ਇਹ ਆਪ ਤਿਆਰ ਕੀਤੀ ਹੈ ਤੇ ਮੈਂ ਹੁਣ ਜਾਣਾ ਸ਼ਾਮ ਨੂੰ ਘਰ। ਅੱਛਾ ਯਾਰ, ਜਲਦੀ ਕਰ ਦੇ। ਉਹ ਜਲਦੀ ਚਾਚਾ ਜੀ ਕੀ ਕਰ ਲਾ, ਤੁਹਾਡਾ ਪੈਂਪਰ ਚੇਂਜ ਕਰਨਾ ਕਿ ਜਲਦੀ ਕਰ ਦਵਾਂ? ਤੁਸੀਂ ਚਲ ਜਾਓ। ਬੜਾ ਬਦਤਮੀਜ਼ ਬੱਚਾ। ਲਓ ਤੁਸੀਂ ਕਿੱਡੇ ਚਾਚਾ ਜੀ ਸਿਆਣੇ ਬਿਆਣੇ ਹੋ ਕੇ ਬਦਤਮੀਜ਼। ਇਹ ਆ ਕਿ ਰਾਤ ਨੂੰ 2-2 ਘੰਟੇ ਨਾ ਰਾਤ ਨੂੰ, ਹਾਂਜੀ, ਤੇ ਇਹ ਆ ਕਿ ਅੱਬੂ ਹੁਣਾਂ ਦੀਆਂ ਲੱਤਾਂ ਘੁੱਟ ਦਿਆ ਕਰਨੀਆਂ।
ਤੇ ਅੱਬੂ ਤੁਹਾਡੇ ਦੀਆਂ ਲੱਤਾਂ ਲਾ ਕੇ ਮੈਨੂੰ ਦੇ ਦਿਓ ਨਾ, ਮੈਂ ਘਰ ਹੀ ਜਾਣ ਲੱਗਾ ਲੈ ਜਾ ਕਰਾਂਗਾ, ਉੱਥੇ ਘੁੱਟਦਾ ਰਿਹਾ ਕਰਾਂਗਾ, ਰਾਤ ਸਵੇਰੇ ਆਣ ਕੇ ਫਿੱਟ ਕਰ ਦਿਆ ਕਰਾਂਗਾ ਯਾਰ। ਉਹ ਯਾਰ ਤੂੰ ਗੱਡੀ ਠੀਕ ਕਰਾਉਣੀ ਕਿ ਅੱਬਾ ਠੀਕ ਕਰਾਉਣਾ? ਦੋਨੋਂ ਹੀ। ਇਹਨੂੰ ਮੇਰਾ ਭਰਾ ਇੱਥੋਂ ਕੱਢ ਕੇ ਲੈ ਜਾ, ਗੱਡੀ ਤਾਂ ਠੀਕ ਹੋਣੀ ਹੈ। ਨਹੀਂ ਨਹੀਂ, ਹੁਣ ਗੱਡੀ ਆ ਗਈ ਹੈ ਵਰਕ ਸਾਹਿਬ ਤੁਹਾਡੇ, ਤੇ ਹੁਣ ਮੈਂ ਚੱਲਿਆ। ਦੋ ਗੱਡੀਆਂ ਦੇ ਨਾਲ ਇੱਕ ਮਰੀਜ਼ ਫ੍ਰੀ, ਤੂੰ ਕਿਸੇ ਕੋਲ ਸੁਣਿਆ ਅਜੇ ਤੱਕ? ਤੇਰਾ ਅੱਬਾ ਕਿੱਦਾਂ ਠੀਕ ਕਰਦੀ ਹੈ? ਹੈ ਯਾਰ, ਉਹਦਾ ਕਿਹੜਾ ਕੰਮ ਆ ਐਡਾ? ਉਹ ਕਿਹੜਾ ਕੰਮ ਆ, ਤੈਨੂੰ ਲੈ ਜਾ। ਤੈਨੂੰ ਬਾਬਾ ਜੀ ਕੀ ਹੋ ਗਿਆ, ਤੁਸੀਂ ਕਿਤੇ ਭਲਵਾਨੀ ਕਰਨੀ ਆ? ਤੁਹਾਨੂੰ ਦੋ ਪਰੌਂਠੇ ਵਾਲਾਂ ਵਾਲੇ ਚਾਹੀਦੇ ਆ ਤੇ ਨਾਲ ਦਹੀਂ ਚਾਹੀਦਾ। ਦੁਪਹਿਰ ਨੂੰ ਕੀ ਖਾਣਾ? ਦੁਪਹਿਰ ਨੂੰ ਇਹਨੂੰ ਕਹ ਛੋਟਾ ਕੀਮਾ ਲਿਆਵੇ ਦਖਮ। ਛੋਟਾ ਕੀਮਾ ਨੀ, ਇੱਥੇ ਛੋਟੇ ਨੱਟ ਪੇਚ ਹੁੰਦੇ ਨੇ, ਉਹ ਤੁਸੀਂ ਖਾਣੇ ਨੇ? ਉਹ ਯਾਰ ਘਰੋਂ ਛੋਟਾ ਕੀਮਾ ਜਿਹੜਾ ਹਰੀ ਮਿਰਚ ਤੇ ਕਾਲੀ ਮਿਰਚ ਵਾਲਾ ਬਣਾ ਕੇ ਲਿਆਂਦਾ, ਕਿੰਨੀਆਂ 6 ਰੋਟੀਆਂ ਬਹੁਤ ਨੇ ਤੁਹਾਨੂੰ? ਹਾਂ ਬੜੀਆਂ ਹੈ। ਓਏ ਮੈਨੂੰ ਇਹ ਦੱਸ, ਤੇਰਾ ਅੱਬਾ ਵਾ ਕਿ ਮੇਰੀ ਘਰ ਦੀ? ਇਹਦਾ ਵੱਡਾ ਪ੍ਰੈਸ਼ਰ ਹੋਇਆ ਕਿ ਮੈਂ ਇਹਦੇ ਵਾਸਤੇ ਕੀਮਾ ਵੀ ਲਿਆਵਾਂ, ਰੋਟੀਆਂ ਵੀ ਲਿਆਵਾਂ, ਹੈ ਇਹਦਾ ਹਰ ਸ਼ੈ ਦਾ ਖਿਆਲ ਰੱਖਾਂ? ਇਹਦਾ ਵੱਡਾ ਨਾ ਹੋਇਆ ਤਾਂ ਛੋਟਾ ਜਿਹਾ ਤਾਂ ਹੋਇਆ ਆ, ਕਿਉਂਕਿ ਲੱਤ ਟੁੱਟੀ ਹੈ, ਉਹ ਫਰਕ ਇੰਨਾ ਹੀ ਆ ਬਸ, ਇੱਥੋਂ ਥੱਲੇ ਹੋਇਆ ਹੈ। ਬਜ਼ੁਰਗ ਸਾਰਿਆਂ ਦੇ ਸਾਂਝੇ ਹੁੰਦੇ ਆ, ਤੇਰੇ ਘਰ ਕੋਈ ਬਜ਼ੁਰਗ ਨੀ? ਕਈ ਬਜ਼ੁਰਗ ਇੰਜ ਦੇ ਹੁੰਦੇ ਜਿਹੜੇ ਨਿਰੇ ਲਾਮੇ ਹੁੰਦੇ ਆ। ਕਿਉਂ? ਸਮੇਂ ਲੱਗੀ ਆ ਕਿ ਨਹੀਂ? ਉਹ ਇਨਸਾਨ ਬਣੋ ਤੁਸੀਂ, ਸਿਆਣੇ ਬਿਆਣੇ ਬੰਦੇ, ਆਪਣੇ ਪੁੱਤਰ ਨੂੰ ਸਮਝਾਓ। ਬਾਬਾ ਜੀ ਤੁਸੀਂ ਲੰਮੇ ਪਵੋ ਮਗਰੋਂ ਲਾ। ਉਹ ਲੰਮੇ ਕਿਉਂ ਪਾਓ ਯਾਰ? ਹੈਂ, ਇੱਥੇ ਕਿੱਥੇ ਲੰਮੇ ਪੈ ਜਾਓ? ਅੱਛਾ ਬਾਬਾ ਜੀ ਇੱਕ ਮਿੰਟ, ਹਾਂਜੀ, ਬਾਹਰ ਥੋੜਾ ਮੂੰਹ ਬਾਹਰ ਕੱਢੋ ਬਾਬਾ ਜੀ। ਜੇ ਇਹ ਮੁੰਡਾ ਜਿਹੜਾ ਆ, ਅਗਰ ਰਾਤ ਨੂੰ ਤੁਹਾਨੂੰ ਆਪਣੇ ਘਰ ਲੈ ਜਾ ਕਰੇ ਤੇ ਸਰ ਜਾਏਗਾ, ਤੇ ਰਾਤ ਜੁਦਾਈ ਬਰਦਾਸ਼ਤ ਕਰ ਲਓਗੇ ਗੱਡੀ ਤੋਂ? ਵੈਸੇ ਹੋਣੀ ਤੇ ਨਹੀਂ, ਤੇ ਜੇ ਇਹਦੇ ਘਰ ਸਹੂਲਤ ਹੈਗੀ ਆ ਤੇ ਲੈ ਜਾਵੇ। ਚਲੋ ਘਰ ਲੈ ਜਾ ਕਰੇ। ਆਹੋ ਯਾਰ, ਬਾਬਾ ਜੀ ਕਿਹੜੀ ਸਹੂਲਤ ਲੱਭਦੇ ਫਿਰਦੇ, ਤੁਹਾਨੂੰ ਮੌਤ ਇੱਧਰ ਨਹੀਂ ਪੈਂਦੀ? ਓ ਯਾਰ ਸਾਡਾ ਘਰ ਦੂਰ ਆ ਤੇਰਾ। ਓ ਤੇ ਅੱਛਾ ਤੇ ਮੇਰਾ ਘਰ ਨੇੜੇ ਆ, ਤੂੰ ਕੀ ਕੋਈ ਖਲਾਈ ਰਾਬਤਾ ਜਾਣਦਾ? ਤੂੰ ਕੋਈ ਬਾਬਾ ਵਾ ਹੈ ਕਿ ਤੈਨੂੰ ਪਤਾ ਲੱਗ ਗਿਆ ਮੇਰਾ? ਓ ਮੈਂ ਡੇਲੀ ਝੁਮਰੇ ਆਉਣਾ ਜਾਣਾ। ਤੁਹਾਡਾ ਅੱਬਾ ਹੈਗਾ? ਹਾਂਜੀ ਹੈਗਾ। ਇਹਨੂੰ ਵੀ ਲੈ ਜਾਓ, ਚਲੋ ਮੁਫਤ 'ਚ ਦੋ ਅੱਬੇ ਹੋ ਗਏ। ਆਹੋ ਤੇ ਤੂੰ ਸਾਡੇ ਵਾਲਾ ਵੀ ਲੈ ਜਾ। ਗੱਡੀ ਚੋ ਜਮੂ ਕੱਢਦਾ ਜਿਵੇਂ ਮਾਲ ਗੱਡੀ ਚੋ ਖੋਤੀ ਲੇਖਣ ਡਈ ਆ। ਇਹਨਾਂ ਨੂੰ ਘਰ ਨੀ ਲੈ ਕੇ ਜਾਣਾ, ਮੈਂ ਤੁਹਾਡੇ ਵਾਸਤੇ ਆਸਾਨੀ ਕਰ ਦਿੰਦਾ। ਤੁਸੀਂ ਵੀ ਨਾ ਇਹਨਾਂ ਦੇ ਨਾਲ ਇੱਥੇ ਸੌ ਜਾਇਆ ਕਰੀਓ ਪਿਛਲੀ ਸੀਟ ਤੇ। ਕੋਈ ਨੀ, ਉਹ ਤੇਰਾ ਅੱਬਾ ਦੋਹਰਾ ਚੌਰਾ ਹੋਇਆ ਪਿਛਲੀ ਸੀਟ ਤੇ, ਮੈਂ ਕਿੱਥੇ ਸੌਣਾ? ਮਕੈਨਿਕ ਆਦਮੀ ਆ, ਤੂੰ ਸੌ ਜਾਣਾ? ਉਹ ਯਾਰ ਮੈਂ ਮਕੈਨਿਕ ਆ ਕਿ ਮੈਂ ਕੋਈ ਕਿਰਲਾ ਕੁਰਲਾ ਵਾਂ ਕਿ ਮੈਂ ਕੋਈ ਚੂਹਾ ਵਾਂ ਕਿ ਜਿਹੜਾ ਕਿਤੇ ਸੌਂ ਸੂ ਜਾਵਾਂਗਾ? ਉਹ ਕਾਕਾ ਆ ਗੱਡੀ ਦੇ ਥੱਲੇ ਨਹੀਂ ਵੜ ਜਾਂਦਾ? ਆ ਗੱਡੀ ਜਦੋਂ ਠੀਕ ਕਰਦੇ ਆ, ਹਾਂਜੀ, ਗੱਡੀ ਦੇ ਥੱਲੇ ਨਹੀਂ ਵੜਦਾ? ਤੇ ਇਦਾਂ ਹੀ ਤੂੰ ਅੱਬੇ ਦੇ ਥੱਲੇ ਵੜ ਜੀ। ਉਹ ਯਾਰ ਅੱਬੇ ਦੇ ਥੱਲੇ ਵੜ ਜੀ, ਅੱਬਾ ਕੇ ਸ਼ਾਹ ਜ਼ੋਰ ਡਾਲਾ। ਲੈ ਅੱਬੇ ਦੇ ਥੱਲੇ ਵੜ ਜੀ, ਅੱਬਾ ਬੜਾ ਸਦੂਕੀ ਆ ਤੇਰੀ। ਇੱਥੇ ਹੀ ਗੱਲਾਂ ਕਰਦਾ, ਘਰ ਬੁੱਢੀ ਦੇ ਥੱਲੇ ਨਹੀਂ ਲੱਗਾ? ਹਾਂ ਦੱਸ, ਇੱਥੇ ਬਹੁਤ ਗੱਲਾਂ ਕਰਦਾ ਤੂੰ। ਤੁਹਾਡੇ ਮੂੰਹ ਦੀ ਤਾਰੀਫ ਨਹੀਂ ਲੱਗਣ ਤੁਸੀਂ ਕੋਈ ਅੱਛੇ ਆਦਮੀ ਨੇ। ਬਾਬਾ ਖੱਚ ਲੱਗਣ ਡਿਆ ਮੈਨੂੰ। ਕਿਉਂ? ਸਮਝ ਲੱਗੀ ਕਿ ਬੇਟਾ ਉਸ ਤੋਂ ਵੀ ਵੱਡਾ ਖੱਚ ਆ। ਚਾਬੀ, ਉਹ ਚਾਬੀ ਯਾਰ ਇਹਨੂੰ ਲੈ ਜਾ ਭਰਾਵਾ, ਅਸੀਂ ਇਹਨੂੰ ਕਿੱਥੇ ਸਾਂਭਦੇ ਫਿਰੀਏ? ਕਿਹਨੂੰ? ਇਹਨੂੰ।
ਇਹ ਹੁਣ ਆ ਗਿਆ ਇੱਥੇ ਆਪਾਂ ਸਾਂਭ ਲਈਏ, ਮੈਂ ਕੋਈ ਬੋਰੀ ਚੋਂ ਨਿਕਲ ਜਾਂਦਾ ਵਾਂ, ਖੇਲਣ ਜਾਂਦਾ ਮੈਂ। ਸ਼ੇਵ ਰੋਜ਼ ਅੱਬੂ ਮੇਰੇ ਕਰਦੇ ਨੇ, ਜੇ ਨਾਈ ਕੋ ਕਰਾਉਣੀ ਹੈ ਤਾਂ ਰੋਜ਼ਾਨਾ ਨਾਈ ਲੈ ਆਇਆ ਕਰਨਾ। ਬੋਦੀ ਬੜੀ ਯਾਰ ਖੁਸਰਿਆਂ ਵਾਲੀ ਤਬੀਅਤ, ਡੇਲੀ ਸ਼ੇਵ ਕਰਾਉਂਦੇ, ਕੋਈ ਇਹਨਾਂ ਦੇ ਕੋਈ ਗਾਹਕ ਗੂਹਕ ਆਉਂਦੇ ਨੇ? ਦੱਸ ਯਾਰ। ਹੈਂ ਯਾਰ, ਨਹੀਂ ਅਫਸਰ ਬੰਦੇ ਨੇ ਉਹ, ਕਿਹੜੇ ਅਫਸਰ ਨੇ? ਐਡਾ ਮਰੇ ਲਿਟਿਆ ਅਫਸਰ ਜਿਹੜਾ ਉੱਠਣ ਹੀ ਨਹੀਂ ਡਿਆ। ਆ ਮੈਂ ਠੀਕ ਹੋ ਲੈਂਦੇ ਮੈਨੂੰ, ਫੇਰ ਤੈਨੂੰ ਮੈਂ ਦੱਸੂਗੇ ਮੈਂ ਕੀ ਸੀ। ਹਾਂਜੀ ਚੱਲਿਆ, ਮੇਰੀ ਲੱਤ ਟੁੱਟ ਗਈ ਆ। ਅੱਲਾ ਦੂਸਰੀ ਵੀ ਤੋੜੇ ਜੀ, ਤੁਸੀਂ ਵੀਲ ਚੇਅਰ ਤੇ ਆਓ। ਚੰਗਾ ਜੀ ਅੱਬਾ ਜੀ। ਉਹ ਕਿੱਥੇ ਚੰਗਾ ਅੱਬਾ ਜੀ, ਗੱਡੀ ਦੇ ਵਿੱਚ ਲੈ, ਮੈਂ ਜਿਵੇਂ ਧੱਕਾ ਲਾ ਕੇ ਅੰਦਰ ਕੀਤੀ ਆ, ਇੱਥੇ ਮੈਂ ਧੱਕਾ ਲਾ ਕੇ ਬਾਹਰ ਕੱਢ ਦੇਣੀ। ਠੀਕ ਤਾਂ ਹੈਲੋ, 3 ਦਿਨ ਯਾਰ ਕੀ ਹੋ ਗਿਆ? ਠੀਕ ਤਾਂ ਕਰਦੇ ਫੇ ਗੱਡੀ ਦੇ ਵਿੱਚ। ਉਹ ਤੁਸੀਂ ਬਾਬਾ ਜੀ, ਚੱਲ ਠੀਕ ਹੈ ਮੇਰਾ ਪੁੱਤ, ਜੁਦਾਈ ਆ। ਆ ਕੋਈ ਗੱਲ ਨਹੀਂ, ਜਾ ਮੇਰਾ ਪੁੱਤ ਯਾਰ, ਗੱਡੀ ਖੋਲ ਕੇ ਜੱਫੀ ਪਾ ਦੇ ਦੇ ਅੱਬਾ ਜੀ। ਹਾਂਜੀ ਲਓ ਜੀ, ਮਕੈਨਿਕ ਦੇ ਸਪੁਰਦ ਆ। ਉਹ ਭਾਜੀ ਇਹਨੂੰ ਅੱਲਾ ਦੇ ਸਪੁਰਦ ਕਰੋ, ਜੋ ਇਹਨਾਂ ਦੇ ਹਾਲਾਤ ਹੋਏ ਆ, ਇਹ ਤੁਸੀਂ ਮਕੈਨਿਕ ਦੇ ਸਪੁਰਦ ਨਾ ਕਰੋ, ਇਹਨੂੰ ਲੈ ਜਾ ਮੇਰਾ ਭਰਾ। ਇਹ ਭੈਣ ਚਾਬੀ ਪਈ, ਚਾਬੀ ਤੇ ਆ ਆ ਅੱਬਾ। ਉਹ ਯਾਰ ਤੂੰ ਤੇ ਬਦੋ ਬਦੀ ਅੱਬਾ ਕਿਸੇ ਦੇ ਹਵਾਲੇ ਕਰਨ ਡਿਆ, ਤੂੰ ਕਿਹੜੇ ਤੂੰ ਕੰਮ ਕਰਨ ਡਿਆ? ਇੱਕ ਤੇ ਤੂੰ ਮੇਰਾ ਟਾਈਮ ਵੇਸਟ ਕੀਤਾ, ਜੇ ਮੈਂ ਉਹਦਾ ਗੱਡੀ ਦਾ ਕੰਮ ਕਰਨਾ। ਉਹ ਯਾਰ ਅੱਬੇ ਨਾਲ ਬਾਰ ਬਾਰ ਸਲਾਮ ਲਈ ਜਾਣ ਡਿਆ, ਕੀ ਗੱਲ ਆ? ਦਵਾਈਆਂ ਅੱਬੇ ਨੂੰ ਕਿਤੇ ਗਤਕੇ ਵਾਲੀ ਜਗ੍ਹਾ ਤੇ ਛੱਡ ਕੇ ਚੱਲਾਂ? ਦਵਾਈਆਂ ਇੱਥੇ ਤੇ ਇੱਕ ਦਵਾਈਆਂ ਵਿੱਚ ਹੀ ਆ ਸਾਰੀਆਂ, ਪਾਣੀ ਵਾਲੀ ਬੋਤਲ, ਪਾਣੀ ਵਾਲੀ ਬੋਤਲ। ਆ ਮੁੰਡਾ ਤੁਹਾਨੂੰ ਨੈਸਲੇ ਦਾ ਪਾਣੀ ਪਿਆਏਗਾ। ਨੈਸਲੇ ਦਾ ਕੀ ਗੱਲ ਆ ਬਾਬੇ ਹੋਣਾ ਨੂੰ, ਕੀ ਪੱਥਰੀ ਆ ਮਸਾਲੇ ਚ? ਓ ਯਾਰ ਮੇਰੇ ਦਵਾਈ ਨਹੀਂ ਖਾਣੀ। ਉਹ ਦਵਾਈ ਬਾਬਾ ਤੂੰ ਕਿਸੇ ਕਿਤੇ, ਉਹ ਤੇ ਜਿਹੜਾ ਮਰਜ਼ੀ ਪਾਣੀ ਹੋਵੇ ਦਵਾਈ ਲੰਘ ਹੀ ਜਾਂਦੀ ਹੈ। ਅੱਛਾ ਜੀ, ਇਹਨੂੰ ਮੇਰਾ ਭਰਾ ਲੈ ਜਾ। ਨਹੀਂ ਨਹੀਂ ਉਹ ਭਾਜੀ, ਨਹੀਂ ਅਸੀਂ ਨਹੀਂ ਠੀਕ ਕਰਦੇ। ਨਹੀਂ ਨਹੀਂ ਉਹ ਯਾਰ ਤੂੰ ਤੇ ਬਦੋ ਬਦੀ ਅੱਬਾ ਗੱਲ ਪਾਉਣ ਡਿਆ ਮੇਰਾ ਭਰਾ। ਮੇਰੀ ਗੱਲ ਸੁਣ, ਮਰੇ ਤੂੰ ਤਾਂ ਗੱਡੀ ਨਾਲੋਂ ਵੀ ਭਾਰਾ, ਉਹਨੂੰ ਤਾਂ ਧੱਕਾ ਮੈਂ ਸੌਖਾ ਲਾ ਲਿਆ। ਉਹ ਯਾਰ ਲੈ ਕੇ ਜਾ ਇਹਨੂੰ। ਕਿੱਥੇ ਲੈ ਜਵੇ? ਉਹ ਬਾਬਾ ਚੁੱਪ ਕਰ। ਕਿਉਂ ਪਰੇ? ਉਹ ਯਾਰ ਇੱਧਰ, ਉਹ ਹੈਲੋ, ਉਹ ਚਾਚਾ, ਉਹ ਕਿੱਥੇ ਨਿਕਲ ਜਾ, ਤੇਰਾ ਬੇੜਾ ਗਰਕ ਜਾ, ਤੇਰਾ ਅੱਬਾ ਬਿਮਾਰ ਆ। ਓਏ